मुल्क मेरा देश मेरा ये वतन, शांति का उन्नति का प्यार का चमन। यूएसए दे विच ग्लोबल पंजाब ते कैनेडा दे विच चैनल पंजाबी वेख रहे सारे दर्शकों सलोनी सरीन वालों प्यार भरी सत श्री अकाल। आजादी दिवस मनाते हुए लैके आए जी थोड़ा अपना फेवरेट शो गल्ला विच गल्ला बोल। ओ सलोनी जी, ताऊ जी तुसी नमस्ते। हाँ, जी पुत मैं 15 अगस्त दियां वधाइयां देण आया। ओ ताया जी, असी भी तो उही कर रहे हैं, सारिआं नूं अज 15 अगस्त दियां वधाइयां दे रहे हां। हाय हाय पुत, बहुत वधिया गल है, अज दा दिन है बड़ा वधिया आ। 15 अगस्त साडे पंजाब च वी बड़ा वधिया मनाउंदे आ। लै ताया जी, कल्ले पंजाब च नहीं बाहरले मुल्क च साडे देश सारे पासे बहुत वधिया तरीके नाल मनाउंदे आ। अज अपने दर्शकां नूं पुछांगे वी बाहर बैठे दर्शक किवें मनाउंदे ने साडा आजादी दिवस। फोन करना जी तुसी 3472521232 ते पुछांगे जी किवें मनाउंदे तुसी आजादी दिवस। ताया जी ਹੁਣ ਇਹਨਾਂ ਨੂੰ ਪੁੱਛ ਲਈਏ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੀਏ। ਇਹਨਾਂ ਨੂੰ ਪੁੱਛੋ ਜੀ, ਆਪਾਂ ਬਾਹਰ ਦੇ ਦੇਸ਼ਾਂ ਵਿੱਚ ਬੱਚਣਾ ਵੀ ਕਿੱਦਾਂ ਦੇ ਲੋਕੀ ਜਿਹੜੇ 15 ਅਗਸਤ ਮਨਾਉਂਦੇ ਆ। ਤਾਂ ਜੀ ਸਾਰੇ ਪਾਸੇ ਉਹੀ ਹਿਸਾਬ ਹੈ ਜੀ, ਲੱਡੂ ਖਾਈਦੇ ਨੇ, ਝੰਡਾ ਝੂਲਦਾ ਆ ਤੇ ਹੋਰ ਕੀ ਆਜ਼ਾਦੀ ਦਿਵਸ ਮਨਾਈਦਾ ਆ। ਜੀ ਭਾਈ, ਮੈਂ ਦੱਸ ਦਵਾਂ ਸਾਡੇ ਪੰਜਾਬ ਦੇ ਵਿੱਚ ਨਾ ਛੋਟੇ ਛੋਟੇ ਬੱਚਿਆਂ ਨੂੰ ਲੱਡੂਆਂ ਦੇ ਲਿਫਾਫੇ ਦਿੰਦੇ ਹੁੰਦੇ ਆ। ਛੋਟੇ ਬੱਚਿਆਂ ਨੂੰ ਲੱਡੂਆਂ ਦੇ ਲਿਫਾਫੇ ਦੇ ਦੀਦੇ, ਬੜਿਆਂ ਨੂੰ ਵੀ ਦੇ ਦੀਦੇ ਆ। ਮੈਂ ਤਾਂ ਜਦੋਂ ਛੋਟਾ ਸੀ ਦੋ ਵਾਰੀ ਲੈ ਲੈਂਦਾ ਸੀ ਲੱਡੂ। ਤੁਹਾਨੂੰ ਤਾਂ ਆਜ਼ਾਦੀ ਹੋਈ, ਫਿਰ ਤਾਂ ਦੋ ਵਾਰੀ ਲੱਡੂ ਖਾਣ ਦੀ ਹੈ ਤਾਇਓ ਜੀ। ਔਰ ਜੀ ਬਹੁਤ ਇੱਦਾਂ ਹੀ ਆ, ਬਸ ਛੋਟੇ ਹੁੰਦੇ ਸ਼ਰਾਰਤਾਂ ਕਰ ਲਈਦੀਆਂ, ਹੁਣ ਤਾਂ ਆਪਾਂ ਸਿਆਣੇ ਹੋ ਗਏ। ਸਿਆਣੇ ਤਾਂ ਤੁਸੀਂ ਵਾਕਈ ਹੋ ਗਏ ਹੋ, ਪਰ ਮੈਨੂੰ ਲੱਗਦਾ ਆਜ਼ਾਦ ਵੀ ਹੋ ਗਏ ਹੋ। ਆਜ਼ਾਦ ਪੁੱਤ, ਹੁਣ ਬੁੜੇ ਹੋ ਗਏ, ਆਜ਼ਾਦ ਹੁਣ ਹੋਰ ਕਿੱਥੇ ਜਾਣਾ ਆਪਾਂ। ਅੱਛਾ ਵੈਸੇ ਤਾਊ ਜੀ, ਆਜ਼ਾਦੀ ਦੀ ਜਿਹੜੀ ਡੈਫੀਨੇਸ਼ਨ ਹੈ ਨਾ, ਜਿਹੜਾ ਮਹੱਤਵ ਹੈ, ਉਹ ਸਾਰਿਆਂ ਲਈ ਵੱਖਰਾ ਵੱਖਰਾ ਹੈਗਾ। ਉਹ ਪੁੱਤ ਬਿਲਕੁਲ ਸਹੀ ਗੱਲ ਹੈ ਤੇਰੀ। ਅੱਜ ਤੂੰ ਮੈਨੂੰ ਦੱਸ ਤੂੰ ਇੱਥੇ ਕੀ ਕਰਦੀ ਆ। ਤਾਊ ਜੀ ਮੈਂ ਤਾਂ ਰੋਜ਼ ਇੱਥੇ ਆਉਂਦੀ ਹਾਂ, ਰੋਜ਼ ਨਵਾਂ ਟੌਪਿਕ ਲੈ ਕੇ ਆਈਦਾ ਤੇ ਅੱਜ ਆਪਾਂ ਮਨਾਉਣਾ ਸੀਗਾ ਆਜ਼ਾਦੀ ਦਿਵਸ। ਮੈਂ ਵੀ ਸੋਚਿਆ, ਮੈਂ ਕਿਹਾ ਚੱਲ ਆਪਣੇ ਪੁੱਤ ਕੋ ਜਾ ਕੇ ਆਉਂਦਾ, ਮੈਂ ਵਧਾਈਆਂ ਵੀ ਦੇ ਦੂੰ ਨਾਲੇ ਮਿਲ ਆਊਂਗਾ। ਵਧੀਆ ਕੀਤਾ ਤਾਇਆ ਜੀ। ਅੱਛਾ ਵੈਸੇ ਮੈਂ ਦੇਖਿਆ ਵੀ ਤਾਇਆ ਜੀ ਹੁਣ ਥੋੜੀ ਤੇ ਚਲੋ ਇੰਨੀ ਉਮਰ ਹੋ ਗਈ ਆ, ਤੁਸੀਂ ਕੀ ਸੋਚਦੇ ਹੋ ਵੀ ਆਜ਼ਾਦੀ ਕੀ ਆ, ਹਨਾ? ਜਾਂ ਫਿਰ ਕੋਈ ਐਸੀ ਚੀਜ਼ਾਂ ਹੋਣਗੀਆਂ ਜਿਹੜੀਆਂ ਤੁਸੀਂ ਹਾਲੇ ਵੀ ਸੋਚਦੇ ਹੋ ਵੀ ਆਪਾਂ ਆਜ਼ਾਦ ਹੈਗੇ ਆ ਜਾਂ ਨਹੀਂ ਹੈਗੇ, ਜਾਂ ਮੈਨੂੰ ਇਸ ਚੀਜ਼ ਤੋਂ ਆਜ਼ਾਦੀ ਚਾਹੀਦੀ ਆ? ਬਹੁਤ ਵਧੀਆ ਗੱਲ ਕੀਤੀ ਹੈ ਪੁੱਤ। ਜੇ ਮੈਂ ਹੁਣ ਗੁਲਾਮੀ ਵੀ ਕਰਨੀ ਹੋਵੇ ਤਾਂ ਕਿਸੇ ਦੀ ਨਾ ਕਰੋ ਅੱਜ ਕੱਲ੍ਹ, ਬਟ ਬਹੁਤ ਬੜਾ ਮਾੜਾ ਹਾਲ ਹੈ ਇੰਡੀਆ ਦਾ ਵੀ। ਬਾਹਰ ਦੇ ਦੇਸ਼ਾਂ ਦੇ ਵਿੱਚ ਤਾਂ ਬਹੁਤ ਵਧੀਆ ਕੰਮ ਚੱਲ ਰਿਹਾ, ਇੱਥੇ ਬਸ ਮਾੜਾ ਹਾਲ। ਕੀ ਮਾੜਾ ਹਾਲ ਹੈ ਤਾਊ ਜੀ, ਵੇਖ ਲਓ ਤੁਸੀਂ ਵੀ ਤਾਂ ਘੁੰਮਦੇ ਘੁੰਮਦੇ ਇੱਥੇ ਆ ਹੀ ਗਏ ਹੋ, ਤੁਹਾਨੂੰ ਵੀ ਤਾਂ ਆਜ਼ਾਦੀ ਹੈ, ਕਿਤੇ ਵੀ ਜਾ ਕੇ ਰਹਿ ਲਓ, ਕਿਤੇ ਵੀ ਜਾ ਕੇ ਗੱਲਾਂ ਕਰ ਲਓ, ਆ ਬਾਹਰਲੇ ਮੁਲਕਾਂ ਨਾਲ ਗੱਲਾਂ ਕਰ ਰਹੇ ਹੋ, ਕਿੰਨੀ ਵੱਡੀ ਆਜ਼ਾਦੀ ਆ। ਮੇਰਾ ਦਿਲ ਵੀ ਕਰਦਾ ਵੀ ਮੈਂ ਵੀ ਅਮਰੀਕਾ ਜਾ ਕੇ ਗੱਲ ਕਰਾਂ, ਬਾਹਰਲੇ ਦੇਸ਼ਾਂ ਵਿੱਚ ਜਾਵਾਂ, 15 ਅਗਸਤ ਮਨਾਵਾਂ। ਲੈ ਤਾਊ ਜੀ ਹੁਣ ਤਾਂ ਤੁਸੀਂ ਵੱਧਦੇ ਜਾ ਰਹੇ ਹੋ, ਪਹਿਲਾਂ ਤੁਸੀਂ ਕਿਹਾ ਵੀ ਮੈਂ ਇੱਥੇ ਆਉਣਾ, ਹੁਣ ਤੁਸੀਂ ਕਹਿ ਰਹੇ ਮੈਂ ਬਾਹਰ ਜਾ ਕੇ ਗੱਲਾਂ ਕਰਨੀਆਂ। ਬਟ ਹੁਣ ਜਦ ਤੂੰ ਅਮਰੀਕਾ ਦੇ ਵਿੱਚ ਹੋ ਕਰੀ ਜਾਨੀ ਆ ਤਾਂ ਮੇਰਾ ਵੀ ਤਾਂ ਦਿਲ ਕਰਦਾ। ਤਾਇਆ ਜੀ ਮੈਨੂੰ ਕਾਲਰਸ ਬਹੁਤ ਨੇ ਮੇਰੇ ਨਾਲ ਗੱਲ ਕਰਨ ਵਾਲੇ, ਵੇਖੋ ਕਿੰਨੇ ਬੜੇ ਲੋਕੀ ਮੈਨੂੰ ਫੋਨ ਕਰਦੇ ਨੇ, ਮੈਨੂੰ ਵਧਾਈਆਂ ਦਿੰਦੇ ਨੇ। ਹਾਂਜੀ ਹਾਂਜੀ, ਵਧੀਆ ਗੱਲ ਆ, ਕਾਲਰ ਆਏ ਗੱਲ ਕਰਨੀ, ਮੈਂ ਵੀ ਗੱਲ ਕਰੂੰ ਬਟ ਅੱਜ। ਆ ਵੇਖੋ ਜੀ ਜੇ ਤੁਸੀਂ ਗੱਲ ਕਰਨੀ ਮੇਰੇ ਤਾਊ ਜੀ ਨਾਲ ਤਾਂ ਹੀ ਉਹੀ ਨੰਬਰ ਮਿਲਾਉਣਾ, ਜੇ ਮੇਰੇ ਨਾਲ ਗੱਲ ਕਰਨੀ ਤਾਂ ਵੀ ਉਹੀ ਨੰਬਰ ਮਿਲਾਉਣਾ, ਆਪਾਂ ਦੋਨੋਂ ਮਿਲ ਕੇ ਤੁਹਾਡੇ ਨਾਲ ਗੱਲ ਕਰ ਲਾਂਗੇ ਜੀ, ਤੇ ਆਜ਼ਾਦੀ ਦਿਵਸ ਦੀਆਂ ਵਧਾਈਆਂ ਦੇ ਦਾਂਗੇ। ਹਾਂਜੀ ਹਾਂਜੀ ਜ਼ਰੂਰ, ਬਹੁਤ ਵਧੀਆ ਗੱਲ ਕੀਤੀ, ਆਪਾਂ ਅੱਜ ਵਧਾਈਆਂ ਹੀ ਦੇਣੀਆਂ 15 ਅਗਸਤ ਦੀਆਂ, ਹੋਰ ਕੁਝ ਨਹੀਂ ਕਰਨਾ ਪੁੱਤ, ਬਹੁਤ ਵਧੀਆ ਦੇਣਾ ਅੱਜ। ਵਧੀਆ ਦਿਨ ਤੇ ਹੈਗਾ। ਤਾਇਆ ਜੀ ਤੁਹਾਨੂੰ ਕੀ ਲੱਗਦਾ ਬਾਹਰ ਦੇ ਮੁਲਕ 'ਚ ਵੀ ਇੱਦਾਂ ਹੀ ਮਨਾਉਂਦੇ ਹੋਣਗੇ? ਬਹੁਤ, ਮੈਨੂੰ ਲੱਗਦਾ ਪੂਰੀ ਉਮੀਦ ਆ ਵੀ ਬਾਹਰਲੇ ਦੇਸ਼ਾਂ 'ਚ ਜਿਹੜੇ ਪੰਜਾਬੀ ਬੈਠੇ ਆ ਨਾ ਮੇਰੇ ਵੀਰ, ਉਹ ਬਹੁਤ ਭੈਣਾਂ ਭਰਾ ਸਭ ਵਧੀਆ ਮੰਗਾਉਂਦੇ ਹੋਣੇ, ਵਧੀਆ ਐਨ। ਓਹੋ, ਇਹ ਇਕੱਲੇ ਪੰਜਾਬੀਆਂ ਦੀ ਆਜ਼ਾਦੀ ਨਹੀਂ ਹੈਗੀ, ਪੂਰੇ ਮੁਲਕ ਦੀ, ਪੂਰੇ ਦੇਸ਼ ਦੀ ਆਜ਼ਾਦੀ ਤਾਇਆ ਜੀ। ਹਾਂ ਬਹੁਤ ਵਧੀਆ ਗੱਲ ਆ ਪੁੱਤ, ਮੈਨੂੰ ਚੰਗੀ ਗੱਲ ਬਹੁਤ ਵਧੀਆ ਲੱਗਦਾ, ਜਿਵੇਂ ਆਪਣੇ ਸਾਰੇ ਵੀਰ ਬੈਠੇ ਪੰਜਾਬੀ 15 ਅਗਸਤ ਦਾ ਪ੍ਰੋਗਰਾਮ ਦੇਖਦੇ ਹੋਣੇ ਆ। ਅੱਜ ਨਰਿੰਦਰ ਮੋਦੀ ਨੇ ਵੀ ਆਪਣੇ ਪੰਜਾਬ 'ਚ ਝੰਡਾ ਲਾਉਣਾ ਦਿੱਲੀ 'ਚ। ਤਾਇਆ ਜੀ ਦੀ ਗੱਲ ਦਾ ਕਿਸੇ ਨੇ ਗੁੱਸਾ ਨਹੀਂ ਕਰਨਾ, ਤਾਇਆ ਜੀ ਨੂੰ ਨਾ ਐਕਚੁਅਲੀ ਪੁਰਾਣੀਆਂ ਗੱਲਾਂ ਚੇਤਾ ਆ ਜਾਂਦੀਆਂ ਕਈ ਵਾਰੀ। ਤਾਇਆ ਜੀ ਸੁਣਾਈਓ ਜਦੋਂ ਤੁਸੀਂ ਪੁਰਾਣੀਆਂ ਗੱਲਾਂ ਚੇਤਾ ਕਰ ਕਰਕੇ ਸਾਨੂੰ ਹਸਾਉਂਦੇ ਸੀਗੇ। ਹਾਂ ਪੁੱਤ ਬਹੁਤ ਵਧੀਆ ਗੱਲ, ਮੈਂ ਤੈਨੂੰ ਹੋਰ ਦੱਸ ਦਿੰਦਾ, ਜਿਵੇਂ ਸਾਡੇ ਪੰਜਾਬ 'ਚ ਬੁੜੀਆਂ ਵੀ ਬਾਹਰ ਜਾ ਕੇ ਮਨਾਉਂਦੀਆਂ ਨਾ ਪ੍ਰੋਗਰਾਮ 15 ਅਗਸਤ ਦਾ, ਝੰਡੇ ਲਾਉਂਦੀਆਂ ਹੁੰਦੀਆਂ, ਏਦਾਂ ਬਹੁਤ ਵਧੀਆ ਲੱਗਦਾ। ਪਹਿਲਾਂ ਹੀ ਪਤਾ ਸੀ ਤਾਇਆ ਜੀ ਨੂੰ, ਮਾੜਾ ਜਿਹਾ ਛੇੜ ਦਿਓ, ਤਾਇਆ ਜੀ ਆਪਣੀ ਪੁਰਾਣੀ ਗੱਲ ਲੈ ਕੇ ਸ਼ੁਰੂ ਹੋ ਜਾਂਦੇ ਨੇ। ਬੁੜੀਆਂ ਬਹੁਤ ਵਧੀਆ ਮਨਾ ਲੈਂਦੀਆਂ ਸਾਡੇ ਉੱਤੇ। ਤਾਇਆ ਜੀ ਬਾਹਰਲੇ ਮੁਲਕ ਵੀ ਤੁਹਾਨੂੰ ਪਤਾ ਹੈ, ਉੱਦਾਂ ਹੀ ਬਲੂਨਸ ਲੱਗਦੇ ਨੇ, ਗੁਬਾਰੇ ਲੱਗਦੇ ਨੇ, ਉੱਦਾਂ ਹੀ ਇੱਕ ਦੂਜੇ ਤੇ ਰੰਗ ਸੁੱਟੀ ਦਾ ਆ, ਤਿਰੰਗਾ ਲਹਿਰਾਈ ਦਾ ਆ, ਸਭ ਸੇਮ ਹੈਗਾ। ਆਪਾਂ ਆਪਣੇ ਕਾਲਰਸ ਨੂੰ ਪੁੱਛ ਲੈਂਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ 15 ਅਗਸਤ ਦੀ ਵਧਾਈ ਹੋਵੇ। ਆਈ ਐਮ ਪ੍ਰਾਊਡ ਮਾਈ ਫਾਦਰ ਵਾਸ ਇਨ ਦੀ ਓਕੇ, ਹੀ ਵਾਸ ਦਾ ਫਰੀਡਮ ਫਾਈਟਰ। ਓਕੇ ਗ੍ਰੇਟ, ਸਾਰਿਆਂ ਨੂੰ 15 ਅਗਸਤ ਦੀ ਵਧਾਈ ਦੇਣਾ ਚਾਹਨਾ। ਸਰ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਵਰਿੰਦਰਜੀਤ ਸਿੰਘ, ਆਈ ਐਮ ਫਰੋਮ ਨਿਊਯਾਰਕ।
ओके सर, मैं थोड़े फादर साहब का नाम पूछना चाहूंगी। हाँ, ज्ञानी चेत सिंह। ओके ग्रेट सर, आई सैल्यूट हिम सर कि इन्ना तुसी उन्हें बारे दसिया भी है ना, वो आर्मी च सीगे सर। उन्होंने नहीं, उन्होंने 6 महीने जेल हुई उन्होंने। ओके ते फिर उन्होंने चक्की भी पीसनी पई। ओके, सो आई एम प्राउड टू मच ऑन माय फादर। ग्रेट सर, सानू भी बहुत प्राउड है उन्हें ते भी तुसी जिदा दस रहे हो। सर कदों दी गल कर रहे हो तुसी? ये जो तो आजादी की लड़ाई हुई उदों दी गल कर रहे हैं। अच्छा, ओके 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 ओके, ठीक है सर। ते तुसी उन्हें और कुछ दसना चाहोगे उन्हें बारे भी, किवें दी उन्हें डिफिकल्टीज आईया या की? ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਹੀ ਗਏ ਸੀਗੇ ਜੇਲ੍ਹ ਦੇ ਵਿੱਚ, 6 ਮਹੀਨੇ ਜੇਲ੍ਹ ਦੀ ਸਜ਼ਾ ਹੋਈ ਉਹਨਾਂ ਨੂੰ, ਤੇ ਮੁੜ ਕੇ ਚੱਕੀ ਜਿਹੜੀ ਸੀਗੀ ਬਾ ਮਸ਼ਕਤ ਸਜ਼ਾ ਹੋਈ, ਜਿਹੜੀ ਉਦੋਂ ਬਾ ਮਸ਼ਕਤ ਹੁੰਦੀ ਸੀਗੀ ਕਿ ਜਿਹੜੀ ਨਾਲ ਉਹਨਾਂ ਨੂੰ ਨਾਕਾਮੀ ਕਰਨਾ ਪੈਂਦਾ ਸੀਗਾ, ਤੇ ਇਹਨਾਂ ਨੂੰ ਮਤਲਬ ਉੱਥੇ ਚੱਕੀ ਪੀਸਣੀ ਪਈ ਜੇਲ੍ਹ ਦੇ ਵਿੱਚ। ਅੱਛਾ, ਤੇ ਸਰ ਅਸੀਂ ਉਹਨਾਂ ਦਾ ਪੂਰਾ ਪੂਰਾ ਹੱਥ ਹੈ ਜਿੱਦਾਂ, ਹੈ ਨਾ, ਸਾਰਿਆਂ ਦਾ ਯੋਗਦਾਨ ਹੈ ਕਿਉਂਕਿ ਕਹਿੰਦੇ ਨੇ ਆਜ਼ਾਦੀ ਜਦੋਂ ਮਿਲੀ ਹੈ ਤਾਂ ਕਿਸੇ ਇਕੱਲੇ ਬੰਦੇ ਦਾ ਹੱਥ ਨਹੀਂ ਸੀਗਾ ਇਸ ਵਿੱਚ, ਹੈ ਨਾ, ਸਾਰਿਆਂ ਦੇ ਐਫਰਟਸ ਲੱਗੇ ਹੋਏ ਸੀ ਇਸ ਵਿੱਚ, ਹੈ ਨਾ, ਜਿੱਦਾਂ ਤੁਸੀਂ ਦੱਸਿਆ ਆਪਣੇ ਫਾਦਰ ਸਾਹਿਬ ਦੀ ਗੱਲ ਦੱਸੀ ਹੈ ਨਾ। ਤੇ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਆਪਾਂ ਪੂਰੀ ਤਰ੍ਹਾਂ ਆਜ਼ਾਦ ਆ, ਸਾਨੂੰ ਆਜ਼ਾਦੀ ਮਿਲ ਚੁੱਕੀ ਹੈ, ਜਾਂ ਕਈ ਚੀਜ਼ਾਂ ਐਸੀਆਂ ਹੋਣੀਆਂ ਜਿਹੜਾ ਤੁਸੀਂ ਹਾਲੇ ਵੀ ਸੋਚਦੇ ਹੋ ਵੀ ਉਹਨਾਂ ਤੋਂ ਆਜ਼ਾਦੀ ਨਹੀਂ ਮਿਲੀ? ਨਹੀਂ, ਆਜ਼ਾਦੀ ਦੇ ਮੇਨ ਟਾਈਮ ਅਜੇ ਤੱਕ ਨਹੀਂ ਮਿਲੀ। ਓਕੇ, ਆਜ਼ਾਦੀ ਤੇ ਮਿਲੀ ਨਹੀਂ, ਇੰਨੀਆਂ ਸ਼ਹਾਦਤਾਂ ਹੋਈਆਂ, ਭਗਤ ਸਿੰਘ ਵਰਗਿਆਂ ਨੂੰ ਅਸੀਂ ਸਲੂਟ ਕਰਦੇ ਹਾਂ, ਸ਼ਹੀਦ ਊਧਮ ਸਿੰਘ ਨੂੰ ਸਲੂਟ ਕਰਦੇ ਹਾਂ ਜੀ, ਪਰ ਆਜ਼ਾਦੀ ਜਿਹੜੀ ਆ ਅੱਜ ਤੱਕ ਵੀ ਜਿਹੜੀ ਹੈਗੀ ਆ ਉਹ ਸਿੱਖਾਂ ਨੂੰ ਨਹੀਂ ਮਿਲੀ, ਬਾਕੀਆਂ ਨੂੰ ਤੇ ਮਿਲ ਗਈ ਆ, ਪਰ ਸਰਦਾਰਾਂ ਨੂੰ ਜਾਂ ਸਿੱਖਾਂ ਨੂੰ ਅਜੇ ਤੱਕ ਆਜ਼ਾਦੀ ਨਹੀਂ ਮਿਲੀ। ਓਕੇ, ਤੁਸੀਂ ਸਰ ਕਿਸ ਕੰਟੈਕਸਟ ਵਿੱਚ ਕਹਿ ਰਹੇ ਹੋ, ਮਤਲਬ ਤੁਸੀਂ ਕਿਸ ਤਰ੍ਹਾਂ ਦੀ ਆਜ਼ਾਦੀ ਜਾਂ ਕੀ ਕਹਿਣਾ ਚਾਹੁੰਦੇ ਹੋ? ਇਹ ਬੜੀ ਲੰਬੀ ਸਟੋਰੀ ਹੈਗੀ ਆ, ਆਈ ਕੈਨਟ ਟੈਲ ਯੂ ਨਾਓ ਬਟ ਆਈ ਕੈਨ ਕਾਲ ਯੂ ਅਦਰ ਟਾਈਮ, ਯੂ ਨੋ। ਓਕੇ ਸਰ, ਨੋ ਪ੍ਰੋਬਲਮ ਸਰ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਆਜ਼ਾਦੀ ਦਿਵਸ ਦੀਆਂ ਸਾਨੂੰ ਵਧਾਈਆਂ ਦਿੱਤੀਆਂ, ਨਾਲ ਹੀ ਤੁਹਾਡੇ ਡੈਡ ਨੂੰ ਅਸੀਂ ਸਲੂਟ ਕਰਦੇ ਹਾਂ ਸਰ। ਥੈਂਕ ਯੂ ਸੋ ਮਚ ਸਰ। ਥੈਂਕ ਯੂ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੂੰ ਪੁੱਛਦੇ ਹਾਂ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਵਧੀਆ ਵਧੀਆ ਜੀ, ਗੁਲਾਬੋ ਜੀ। ਕੌਣ ਬੋਲਦੇ? ਕਿੱਥੋਂ ਬੋਲਦੇ ਆ ਜੀ? ਚੰਡੀਗੜ੍ਹ ਤੋਂ ਬੋਲ ਰਿਹਾ ਜੀ ਮੈਂ। ਚੰਡੀਗੜ੍ਹ ਤੋਂ? ਹਾਂਜੀ। ਅੱਜ ਤੁਸੀਂ ਆਜ਼ਾਦੀ ਦਿਵਸ ਵਾਲੇ ਦਿਨ ਝੂਠ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਚੰਡੀਗੜ੍ਹ ਤੋਂ ਬੋਲ ਰਿਹਾ। ਚੰਡੀਗੜ੍ਹ ਤੋਂ ਬੋਲ ਰਹੇ ਹੋ, ਅੱਛਾ, ਕੀ ਕਹਿਣਾ ਚਾਹੋਗੇ? ਅਮਰੀਕਾ ਤੋਂ ਬੋਲ ਰਿਹਾ ਜੀ। ਉਹ ਤਾਂ ਪਤਾ ਹੀ ਹੈ ਕਿਉਂਕਿ ਸਾਡਾ ਚੈਨਲ ਹੀ ਅਮਰੀਕਾ ਚੱਲਦਾ ਆ, ਹੁਣ ਤਾਂ ਕੈਨੇਡਾ ਵੀ ਚੱਲਣ ਸ਼ੁਰੂ ਹੋ ਗਿਆ। ਹਾਂਜੀ। ਅੱਛਾ, ਕੀ ਨਾਮ ਪਹਿਲਾਂ ਤੁਸੀਂ ਆ ਦੱਸੋ, ਆਪਣਾ ਨਾਮ ਦੱਸੋ। ਮੇਰਾ ਨਾਮ ਹੈਗਾ ਕਮਲ ਜੀ। ਓਕੇ ਜੀ, ਤੇ ਅਮਰੀਕਾ ਤੋਂ ਬੋਲ ਰਹੇ ਹੋ ਤੇ ਆਜ਼ਾਦੀ ਦਿਵਸ ਮਨਾ ਰਹੇ ਹੋ ਅੱਜ? ਮਨਾਉਣ ਵਾਲੇ ਹੋ? ਬਹੁਤ ਵਧੀਆ ਤੇਰਾ ਮਨਾ ਰਿਹਾ। ਹਾਂਜੀ। ਓਕੇ, ਮੈਂ ਪੁੱਛਾਂ ਸਲੋਨੀ ਜੀ ਇਹਨਾਂ ਨੂੰ ਇੱਕ ਸਵਾਲ। ਮੇਰੇ ਤਾਇਆ ਜੀ ਦੀ ਗੱਲ ਦਾ ਜਵਾਬ ਦੇ ਦਿਓ ਜੀ। ਅਬ ਦੇਖੋ ਪੁੱਤ, ਤੁਸੀਂ ਵੀ ਬਾਹਰਲੇ ਦੇਸ਼ਾਂ 'ਚ ਮਨਾਉਂਦੇ ਆ 15 ਅਗਸਤ ਜੀ? ਬਾਹਰਲੇ ਦੇਸ਼ 'ਚ ਤਾਂ ਮਨਾਉਣਾ ਹੀ ਮਨਾਉਣਾ, 15 ਅਗਸਤ ਤਾਂ ਸਾਰੇ ਵਾਸਤੇ ਹੈਗਾ ਜੀ। ਤੁਹਾਨੂੰ ਕਿੱਦਾਂ ਦਾ ਲੱਗਦਾ 15 ਅਗਸਤ ਮਨਾਉਣਾ? ਬਸ ਹੋਰ ਪੁੱਛ ਲਓ ਤੁਸੀਂ। ਤਾਂ ਜੀ ਤੁਸੀਂ ਰਹਿਣ ਦਿਓ, ਤੁਸੀਂ ਮੇਰੇ ਕਾਲਰ ਨੂੰ ਬੜਾ ਤੰਗ ਕਰਦੇ ਹੋ। ਓਹੋ, ਕਾਲਰ ਕੱਟ ਗਿਆ ਮੈਨੂੰ ਲੱਗਦਾ, ਇੱਦਾਂ ਹੀ। ਕੋਈ ਨਹੀਂ ਪੁੱਤ, ਹੁਣ ਤੂੰ ਗੱਲ ਕਰੀ, ਠੀਕ ਆ? ਮੈਨੂੰ ਤਾਂ ਇਹਨਾਂ ਨੂੰ ਨਾ ਆਦਤ ਹੈਗੀ ਮੇਰੇ ਨਾਲ ਗੱਲ ਕਰਨ ਦੀ, ਇਹ ਗੁਲਾਬੋ ਨਾਲ ਗੱਲ ਕਰਕੇ ਜ਼ਿਆਦਾ ਖੁਸ਼ ਹੁੰਦੇ ਨੇ। ਹੁਣ ਤਾਇਆ ਜੀ ਅੱਜ ਤੁਸੀਂ ਆ ਗਏ ਤਾਂ ਤੁਹਾਡੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਕਹਿਣੀ ਮੇਰੀ ਬਣਦੀ ਸੀਗੀ, ਪਰ ਹੁਣ ਇਹ ਤੁਸੀਂ ਇਹ ਥੋੜ੍ਹੀ ਕਰੋਗੇ ਵੀ ਮੇਰੇ ਫੋਨ 'ਚ ਵੀ ਤੁਸੀਂ ਲਈ ਜਾਓ। ਮੈਂ ਆਪਣੇ ਕਾਲਰ ਨਾਲ ਗੱਲ ਕਰ ਲਾ, ਹੁਣ ਤੁਸੀਂ ਕੁਛ ਨਹੀਂ ਬੋਲਣਾ। ਹੈਲੋ ਪੁੱਤ। ਹੈਲੋ ਗੁਲਾਬੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਵਧਾਈਆਂ ਗੁਲਾਬੋ। ਤੁਹਾਨੂੰ ਵੀ ਜੀ, ਆਜ਼ਾਦੀ ਦਿਵਸ ਦੀਆਂ ਸਾਰੇ ਮੁਲਕ ਨੂੰ, ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਨੇ ਜੀ। ਹਾਂਜੀ, ਮੈਂ ਤੁਹਾਨੂੰ 2 ਲਾਈਨਾਂ ਸੁਣਾਵਾਂ। ਬਿਲਕੁਲ ਜੀ ਬਿਲਕੁਲ। ਝੰਡਿਆਂ ਵੇ ਤਿੰਨ ਰੰਗਿਆ ਵੇ, ਮਨ ਠੰਡੀਆਂ ਛਾਵਾਂ, ਦੇਸ਼ ਮੇਰੇ ਤੇ ਚੁੱਲਦਾ ਰਹੇ ਤੇਰਾ ਪਰੇਸ਼ਾਵਾਂ। ਕਿਆ ਬਾਤਾਂ ਨੇ ਜੀ, ਕਿਆ ਬਾਤਾਂ ਨੇ। ਤੁਸੀਂ ਮਤਲਬ ਆਜ਼ਾਦ ਮੁਲਕ ਨੂੰ ਆਜ਼ਾਦੀ ਦਾ ਗਾਣਾ ਜਿਹੜਾ ਆ ਡੈਡੀਕੇਟ ਕਰਨਾ ਚਾਹੁੰਦੇ ਹੋ, ਰਾਈਟ? ਹੋਰ ਕੀ ਕਹਿਣਾ ਚਾਹੋਗੇ ਜੀ ਅੱਜ ਆਜ਼ਾਦੀ ਦਿਵਸ ਤੇ ਤੁਸੀਂ? ਉਹ ਤਾਂ ਕੁਛ ਨਹੀਂ, ਬਸ ਕਹਿਣਾ ਚਾਹੀਦਾ ਪ੍ਰੋਗਰਾਮ ਤੁਹਾਡਾ ਦੇਖੀ ਜਾਈਦਾ। ਅੱਛਾ, ਹਾਂਜੀ, ਲਾਈਕ ਕਰਦੇ ਹੋ ਤੁਸੀਂ ਸਾਡੇ ਪ੍ਰੋਗਰਾਮ ਨੂੰ? ਲਾਈਕ ਕਰਦੇ ਹੋ? ਬਹੁਤ ਲਾਈਕ ਕਰਦੇ ਤੁਸੀਂ। ਤੇ ਹੁਣ ਮੈਂ ਤੁਹਾਡਾ ਕਾਲ ਡੇਲੀ ਮੰਗਦੀ। ਓਕੇ, ਥੈਂਕ ਯੂ ਸੋ ਮਚ ਜੀ, ਹੈਪੀ ਇੰਡੀਪੈਂਡੈਂਸ ਡੇ। ਅਗਲੇ ਕਾਲਰ ਨੂੰ ਪੁੱਛਦੇ ਹਾਂ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ?
ਮੈਂ ਜੀ ਤੇਜਿੰਦਰ ਸਿੰਘ ਬੋਲਦਾ ਜੀ, ਲਿਵਿੰਗਸਟਨ ਕੈਲੀਫੋਰਨੀਆ ਤੋਂ। ਤੇ ਸਤਿ ਸ੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਬੋਲਦਾ ਮੇਰਾ ਪੁੱਤ? ਮੈਂ ਤੇਜਿੰਦਰ ਸਿੰਘ ਬੋਲਦਾ ਜੀ, ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਜੀ, ਤੁਸੀਂ ਤਾਂ ਬਹੁਤ ਆਪਣੇ ਸਾਡੇ ਫੇਮਸ ਤਾਇਆ ਜੀ ਆ ਜੀ। ਵਾਹ ਜੀ ਵਾਹ, ਬਹੁਤ ਵਧੀਆ ਗੱਲ ਹੈ ਪੁੱਤ, ਚੰਗੀ ਗੱਲ ਹੈ, ਤੂੰ ਮੇਰੇ ਨਾਲ ਗੱਲ ਕੀਤੀ, ਮੈਨੂੰ ਫੋਨ ਕੀਤਾ ਹੈ ਨਾ। 15 ਅਗਸਤ ਮਨਾਉਂਦੇ ਆ ਪੁੱਤ ਅੱਜ? ਹਾਂਜੀ, 15 ਅਗਸਤ ਤਾਂ ਮੰਨਦੀ ਆ ਜੀ ਇੱਧਰ ਜੀ, ਤੇ 15 ਅਗਸਤ ਦੀਆਂ ਵਧਾਈਆਂ ਬਹੁਤ ਬਹੁਤ। ਪਰ ਤੁਹਾਨੂੰ ਪਤਾ ਹੀ ਆ ਜੀ ਵੀ ਆਪਣੇ ਇੱਥੇ ਤਾਂ ਆਜ਼ਾਦੀ ਆਪਣੇ ਲਈ ਤਾਂ ਕਾਹਦੀ ਆ ਜੀ, ਫਿਰ ਤਾਂ ਲੀਡਰਾਂ ਲਈ ਆ ਜੀ। ਹਾਂਜੀ, ਉਹ ਤਾਂ ਆਈ ਆ ਗੱਲ ਪੁੱਤ, ਮੈਂ ਵੀ ਹੁਣ ਕੇ ਸੋਚਦਾ ਵੀ ਲੀਡਰਾਂ ਵਾਂਗੂ ਮੈਂ ਵੀ ਅੱਗੇ ਵਧੀਆ ਬਣ ਕੇ ਆਵਾਂ ਲੀਡਰ ਜਿਹਾ, ਹੈ ਨਾ, ਤੇ ਫਿਰ ਸਿੱਧੇ ਕਰ ਦੇਵਾਂ ਸਾਰਿਆਂ ਨੂੰ ਜਿਹੜੇ ਠੱਗੀਆਂ ਠੁੱਗੀਆਂ ਲਾਉਂਦੇ ਆ। ਇੱਕ ਵਾਰੀ ਜੇ ਤੁਸੀਂ ਬਣ ਜਾਓ ਫਿਰ ਤਾਂ ਨਜ਼ਾਰਾ ਆ ਜਾਵੇ, ਫਿਰ ਤੁਹਾਨੂੰ ਮੋਢਿਆਂ ਤੇ ਚੱਕ ਲੈਣਾ ਤਾਂ। ਕੋਈ ਨਹੀਂ ਕੋਈ ਨਹੀਂ, ਆਹੀ ਕਰਨਾ ਆਪਾਂ ਬਹੁਤ, ਹੁਣ ਚਿੰਤਾ ਨਹੀਂ ਕਰਨੀ ਤੁਸੀਂ, ਠੀਕ ਆ? ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ, ਥੈਂਕ ਯੂ ਬਹੁਤ ਬਹੁਤ ਜੀ, ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਅਗਲੇ ਕਾਲਰ ਨੂੰ ਪੁੱਛਦੇ ਆ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਤਾਇਆ ਜੀ। ਮੈਨੂੰ ਲੱਗਦਾ ਤੁਹਾਨੂੰ ਉੱਚਾ ਸੁਣਦਾ ਸੀਗਾ ਨਾ, ਉਹੀ ਆਦਤ ਤੁਸੀਂ ਕਾਲਰਸ ਨੂੰ ਪਾਤੀ ਹੈਗੀ, ਉਹ ਮੇਰੀ ਗੱਲ ਹੀ ਨਹੀਂ ਸੁਣਦੇ। ਹੈਲੋ, ਓਕੇ ਜੀ, ਕੋਈ ਗੱਲ ਨਹੀਂ ਜੀ। ਤਾਇਆ ਜੀ ਇੱਦਾਂ ਕਰਦੇ ਆ, ਉਨੀ ਦੇਰ ਤੱਕ ਤੁਹਾਨੂੰ ਚਾਹ ਪਾਣੀ ਪਿਲਾਉਂਦੇ ਹਾਂ। ਮੈਂ ਤਾਇਆ ਜੀ ਨੂੰ ਚਾਹ ਪਾਣੀ ਪਿਲਾ ਕੇ ਆਉਂਦੀ, ਉਨੀ ਦੇਰ ਤੱਕ ਤੁਸੀਂ ਆਜ਼ਾਦੀ ਦਿਵਸ ਮਨਾਓ ਅਤੇ ਗੱਲ ਕਰਦੇ ਹਾਂ ਜੀ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ। ਓਕੇ ਜੀ। ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਅਤੇ ਮੇਰੇ ਤਾਇਆ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਇੱਕ ਵਾਰ ਫਿਰ। USA ਦੇ ਵਿੱਚ ਗਲੋਬਲ ਪੰਜਾਬ ਅਤੇ ਕੈਨੇਡਾ ਦੇ ਵਿੱਚ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਆਜ਼ਾਦੀ ਦਿਵਸ ਦੀਆਂ ਇੱਕ ਵਾਰ ਫਿਰ ਤੋਂ ਵਧਾਈਆਂ ਨੇ। ਤਾਇਆ ਜੀ ਆਪਣੇ ਕਾਲਰਸ ਨੂੰ ਪੁੱਛ ਲਏ ਇੱਕ ਵਾਰ ਫਿਰ ਤੋਂ ਆਜ਼ਾਦੀ ਦਿਵਸ ਕਿਵੇਂ ਮਨਾਉਂਦੇ ਨੇ? ਜੀ ਜੀ, ਬਹੁਤ ਹੈਲੋ। ਹੈਲੋ ਗਲਾਬਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਅੱਜ ਤਾਂ ਅਸੀਂ ਆਜ਼ਾਦ ਆ। ਹਾਂਜੀ ਹਾਂਜੀ, ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ। ਤੁਹਾਨੂੰ ਵੀ ਜੀ, ਤੁਹਾਨੂੰ ਸਾਰਿਆਂ ਨੂੰ ਬਾਹਰ ਬੈਠੇ ਪੰਜਾਬ 'ਚ ਬੈਠੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਨੇ ਜੀ। ਥੈਂਕ ਯੂ ਥੈਂਕ ਯੂ। ਹੋਰ ਪੁਰਾਣੀਆਂ ਯਾਦਾਂ ਤੇ ਬਹੁਤ ਆਉਂਦੀਆਂ ਨੇ ਗਲਾਬੋ, ਉੱਥੇ ਪਰੇਡ ਕਰਦੇ ਹੋਣੇ ਹੋ, ਹੈ ਨਾ? ਹਾਂਜੀ, ਉਹ ਤਾਂ ਐਡਵਾਂਸ, ਇੱਥੇ ਸਾਰੇ ਕੰਮ ਐਡਵਾਂਸ ਦਿੰਦੇ ਨੇ, ਜੇ ਮੈਂ ਤੁਹਾਨੂੰ ਦੱਸਾਂ 2-2 ਮਹੀਨੇ ਪਹਿਲਾਂ ਕਰ ਦਿੰਦੇ ਨੇ। ਤਿਆਰੀਆਂ ਹੁੰਦੀਆਂ ਨੇ, ਹੈ ਨਾ, ਪਰੇਡ ਦੀਆਂ, ਫਿਰ ਉਹ ਫੰਕਸ਼ਨਸ ਦੀਆਂ ਤਿਆਰੀਆਂ ਹੁੰਦੀਆਂ ਇੰਡੀਪੈਂਡੈਂਸ ਡੇ ਦੀਆਂ। ਹਾਂਜੀ ਹਾਂਜੀ ਹਾਂਜੀ, ਉਹ ਪਿਛਲੇ ਵੀਕ ਸਾਡੇ ਇੱਥੇ ਕੱਢਤੀ ਪਰੇਡ ਇਹਨਾਂ ਨੇ। ਅੱਛਾ, ਪਿਛਲੇ ਵੀਕ ਪਰੇਡ ਹੋ ਗਈ ਆ, ਤੁਸੀਂ ਗਏ ਸੀ ਵੇਖਣ? ਮੈਂ ਤੇ, ਮੇਰੇ ਤੇ ਗੋਡੇ ਨਹੀਂ ਤੁਰਨੇ, ਮੈਂ ਕਿੱਥੇ ਜਾਣਾ? ਮੇਰੇ ਤਾਇਆ ਜੀ ਵਾਲਾ ਹਾਲ ਹੈ ਤੁਹਾਡਾ ਵੀ। ਤਾਇਆ ਜੀ ਨੂੰ ਨਾ ਕੁਰਸੀ ਡਾ ਕੇ ਦੇ ਮੇਰੇ ਤੇ। ਬੱਚੇ ਗੋਡੇ ਕੰਮ ਨਹੀਂ ਕਰਦੇ, ਬੁੜੇ ਹੋ ਗਏ ਬੁੱਟ ਹੁਣ ਤਾਂ। ਓਕੇ ਜੀ, ਤਾਇਆ ਜੀ ਲਈ ਕੁਰਸੀ ਦਾ ਇੰਤਜ਼ਾਮ ਕਰ ਦਿਆ ਜੀ, ਥੈਂਕ ਯੂ ਸੋ ਮਚ। ਅਗਲੇ ਕਾਲਰ ਨੂੰ ਪੁੱਛਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਗਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਠੀਕ ਹੈ ਜੀ, ਮੈਂ ਅਮਰਜੀਤ ਸਿੰਘ ਬੋਲਦਾ ਜੀ, ਬਫਲੋ ਨਿਊਯਾਰਕ ਤੋਂ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਕਾਲ ਕੀਤੀ ਤੇ ਇੰਡੀਪੈਂਡੈਂਸ ਡੇ ਮਨਾ ਲਈ ਅੱਜ? ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਪਤਾ ਜੀ ਬਾਹਰਲੇ ਮੁਲਕਾਂ ਦੇ ਕਿੰਨੇ ਕਿੰਨੇ ਵੱਡੇ ਮੇਲੇ ਲੱਗਦੇ, ਕਿੰਨੇ ਕਿੰਨੇ ਗਾਇਕ ਆਉਂਦੇ ਆ ਇੰਡੀਆ ਵਿੱਚੋਂ। ਓਕੇ, ਤੇ ਇੱਥੇ ਤਾਂ ਵੈਸੇ ਇੰਡੀਆ ਤੋਂ ਵੀ ਜ਼ਿਆਦਾ ਵੱਧ ਕੇ ਮਨਾਈਦਾ ਜੀ ਅਸੀਂ। ਅਰੇ ਵਾਹ, ਕੀ ਬਾਤ ਹੈ ਜੀ। ਅੱਛਾ, ਲੱਡੂ ਲੱਡੂ ਖਾਂਦੇ ਹੋ ਫਿਰ ਤੁਸੀਂ? ਓ ਜੀ, ਸਭ ਕੁਝ ਇਸ ਦਿਨ ਸਭ ਕੁਝ ਚੱਲਦਾ ਜੀ, ਲੱਡੂ ਵੀ ਖਾਈਦੇ ਆ, ਪੀਜ਼ਾ ਵੀ, ਸਭ ਕੁਝ ਜੀ। ਲੱਡੂ ਖਾਂਦੇ ਹੋ ਫਿਰ ਤੁਸੀਂ? ਅੱਜ ਕੱਪੜੇ ਸਵਾਏ ਹੋਣੇ ਤੁਸੀਂ ਤਿਰੰਗੇ ਵਰਗੇ? ਹਾਂਜੀ ਹਾਂਜੀ, ਤਿਰੰਗੇ ਵਾਲੇ ਜੀ, ਕੁੜਤੇ ਪਜਾਮੇ ਸਜਾ ਕੇ। ਹਾਂਜੀ ਹਾਂਜੀ, ਬਿਲਕੁਲ, ਬਹੁਤ ਵਧੀਆ ਬਣਾਇਆ ਜੀ। ਮੇਰੇ ਤਾਇਆ ਜੀ ਨੂੰ ਭੇਜ ਦੇ ਇੱਕ ਕੁੜਤਾ ਪਜਾਮਾ। ਭੇਜੋ ਭੇਜੋ, ਮੈਂ ਵੀ ਪਾ ਲਊਂਗਾ। ਬਹੁਤ ਜ਼ਰੂਰ ਜੀ, ਜ਼ਰੂਰ ਜ਼ਰੂਰ। ਮੈਂ ਐਕਚੁਲੀ 15 ਅਗਸਤ 'ਤੇ ਆਪਣਾ ਗੀਤ ਲਿਖਿਆ ਸੀ, ਜੱਸੀ ਧੰਜਣੇ ਗਾਇਆ, ਉਹਦੀਆਂ 2 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਬਿਲਕੁਲ ਜੀ ਬਿਲਕੁਲ, ਸੁਣਾਓ ਜੀ ਸੁਣਾਓ। ਹਾਂਜੀ ਹਾਂਜੀ ਹਾਂਜੀ, ਸੁਣਾਉਣ ਲੱਗਾ ਜੀ। ਜੱਸੀ ਧੰਜਣੇ ਦੀ ਆਵਾਜ਼ ਮੈਂ ਤਾਂ ਨਹੀਂ ਕੱਢ ਸਕਦਾ, ਲੇਕਿਨ ਮੈਂ ਕੋਸ਼ਿਸ਼ ਕਰੂੰਗਾ। ਬਿਲਕੁਲ ਜੀ। ਹਾਂਜੀ, ਕਹਿੰਦੇ ਗੁਰੂ ਦੀ ਬਲਾਈ ਫਤਿਹ ਗੱਜ ਵੱਜ ਕੇ, ਦੇਸ਼ ਨੂੰ ਸਲਾਮ ਸਾਰੇ ਕੰਮ ਛੱਡ ਕੇ, ਉਹ ਸਾਨੂੰ ਜਾਪਦਾ ਹੈ ਸਾਡੀਆਂ ਇਹ ਅੱਖੀਆਂ ਦਾ ਤਾਰਾ, ਸਾਡਾ ਇੰਡੀਆ, ਉਹ ਇੰਡੀਆ ਹੈ ਸਾਡਾ, ਸਾਨੂੰ ਜਾਣ ਤੋਂ ਪਿਆਰਾ ਸਾਡਾ ਇੰਡੀਆ। ਵਾਹ ਜੀ ਵਾਹ, ਬਹੁਤ ਬਹੁਤ ਵਧੀਆ ਗਾਣਾ ਸੁਣਾਉਣਾ ਆ। ਹਾਂਜੀ, ਇੱਕ ਅੰਤਰਾ ਹੋ, ਹਾਂਜੀ ਹਾਂਜੀ, ਇੱਕ ਅੰਤਰਾ ਹੋ ਸੁਣੋ ਜੀ, ਇੱਕ ਅੰਤਰਾ ਹੋ ਜੀ। ਹੈਲੋ, ਹਾਂਜੀ ਹਾਂਜੀ, ਸੁਣਾਓ ਜੀ। ਹਾਂਜੀ, ਚੀਮੇ ਵਾਲਾ ਅੰਬਾ ਕਹੇ ਲਾ ਕੇ ਨਵਾਈ ਦੀ, ਜਿੱਥੇ ਜੰਮੇ ਪਾਲੇ ਉਹ ਥਾਂ ਨੀ ਭੁਲਾਈ ਦੀ,
ਉਹ ਚੀਵੇ ਵਾਲਾ ਅੰਬਾ ਕਹੇ ਲਾ ਕੇ ਨਵਾਈ ਦੀ ਜਿੱਤੇ ਜੰਮੇ ਪੜੇ ਉਹ ਥਾਂ ਨੀ ਪੁਲਾਈ ਦੀ ਉਹ ਜੱਸੀ ਤੰਦੜ ਜਹਾਨੀ ਉੱਤੇ ਉਹ ਜੱਸੀ ਤੰਜੜ ਜਹਾਨੀ ਉੱਤੇ ਆਉਣਾ ਨੀ ਦਿਆ ਸਾਡਾ ਇੰਡੀਆ ਇੰਡੀਆ ਹੈ ਸਾਡਾ ਸਾਨੂੰ ਜਾਣ ਤੋਂ ਪਿਆਰਾ ਸਾਡਾ ਇੰਡੀਆ ਹੋਏ 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 ਬਿਲਕੁਲ ਜੀ ਬਿਲਕੁਲ ਸਾਡੇ ਸਾਰਿਆਂ ਨੂੰ ਇੰਡੀਆ ਜਾਣ ਤੋਂ ਪਿਆਰਾ ਹੈਗਾ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਫੋਰ ਦ ਕਾਲ ਅਗਲੇ ਕਾਲਰ ਨੂੰ ਪੁੱਛਦੇ ਹਾਂ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਕਲੋਨੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਠੀਕ ਠਾਕ ਤਾਇਆ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੈ ਪੁੱਤ ਠੀਕ ਠਾਕ ਤਾਇਆ ਜੀ ਤੁਹਾਡੀ ਬਾਂਹ ਥੱਕ ਜਾਣੀ ਆ ਬੱਚ ਪੁੱਤ ਬੁੜੇ ਹੋ ਗਏ ਹਿੱਲੀ ਜਾਈਦਾ ਆ ਬੁੜੇ ਹੋ ਗਏ ਸਰੀਰ ਕੰਮ ਨਹੀਂ ਕਰਦਾ ਤਾਇਆ ਜੀ ਨੂੰ ਵਾਈਬ੍ਰੇਸ਼ਨ ਮੋਡ ਤੇ ਲਾਇਆ ਹੋਇਆ ਆਪਾਂ ਆਜ਼ਾਦੀ ਦੇ ਲਈ ਦਿਨ ਚੜ ਗਿਆ ਹੋਣਾ ਤਿਆਰੀਆਂ ਸ਼ੁਰੂ ਹੋ ਗਈਆਂ ਹੋਣੀਆਂ ਆ ਅਸੀਂ ਤਾਂ ਹੁਣ ਸਾਡੇ ਤਾਂ ਅਜੇ 14 ਤਰੀਕ ਦੀ ਰਾਤ ਆ ਨਾ ਹਾਂਜੀ ਕੋਈ ਗੱਲ ਨੀ ਜੀ ਕੁਛ ਘੰਟੇ ਰਹਿ ਗਏ ਨੇ ਉਸ ਤੋਂ ਬਾਅਦ ਬਸ ਆਜ਼ਾਦੀ ਆਜ਼ਾਦੀ ਆ ਬਿਲਕੁਲ ਆਜ਼ਾਦੀ ਠੀਕ ਹੈ ਆਜ਼ਾਦੀ ਜਿਹਨਾਂ ਲਈ ਹੈਗੀ ਆ ਪਰ ਠੀਕ ਹੈ ਅਸੀਂ ਵੀ ਆਜ਼ਾਦ ਮੁਲਕ ਵਿੱਚ ਇੱਥੇ ਬੈਠੇ ਹਾਂ ਅਸੀਂ ਬਹੁਤ ਖੁਸ਼ ਹਾਂ ਆਜ਼ਾਦੀ ਦੇ ਦਿਨ ਦੀਆਂ ਤਾਂ ਸਾਨੂੰ ਵੀ ਬਹੁਤ ਖੁਸ਼ੀ ਆ ਪਰਮਾਤਮਾ ਏਦਾਂ ਹੀ ਆਜ਼ਾਦ ਰੱਖੇ ਬਸ ਜੀ ਆਪਣੇ ਮਤਲਬ ਨਾਲ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਂਦੀ ਹਾਂ ਬਿਲਕੁਲ ਬਿਲਕੁਲ ਜੀ ਹਾਂਜੀ ਓ ਦੁਨੀਆ ਤੇ ਬੰਦਿਓ ਪੂਜੋ ਪੂਜੋ ਨਾ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਚੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਓ ਦੁਨੀਆ ਤੇ ਬੰਦਿਓ ਪੂਜੋ ਪੂਜੋ ਨਾ ਇਨਸਾਨਾਂ ਨੂੰ ਸਲੋਨੀ ਜੀ ਹਾਂਜੀ ਮੈਂ ਤੁਹਾਨੂੰ ਦੱਸਾਂ ਜਿੱਦਾਂ ਉਹ ਪਹਿਲੇ ਕਾਲਰ ਨੇ ਦੱਸਿਆ ਸੀ ਨਾ ਕਿ ਉਹਨਾਂ ਦੇ ਜਿਹੜੇ ਗ੍ਰੈਂਡ ਉਹਨਾਂ ਦੇ ਫਾਦਰ ਸੀਗੇ ਫਾਦਰ ਸਾਹਿਬ ਹਾਂਜੀ ਹਾਂ ਸੁਤੰਤਰਤਾ ਸੰਗਰਾਮੀ ਸੀਗੇ ਹਾਂਜੀ ਇਸੇ ਤਰ੍ਹਾਂ ਨਾ ਮੇਰੇ ਨਾਨਾ ਜੀ ਵੀ ਸੁਤੰਤਰਤਾ ਸੰਗਰਾਮੀ ਸੀਗੇ ਅਰੇ ਵਾਹ 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 ਸੈਲੂਟ ਕਰਦੇ ਹਾਂ ਜੀ ਉਹਨਾਂ ਨੇ ਵੀ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਬਹੁਤ ਜੇਲਾਂ ਕੱਟੀਆਂ ਕਾਫੀ ਉਹਨਾਂ ਨੇ ਸੰਘਰਸ਼ ਕੀਤਾ ਸੀ ਦੇਖੋ ਜੀ ਉਹਨਾਂ ਦੇ ਸੰਘਰਸ਼ ਦਾ ਹੀ ਇਹ ਨਤੀਜਾ ਵੀ ਅੱਜ ਆਪਾਂ ਆਜ਼ਾਦ ਆ ਹਨਾ ਬਿਲਕੁਲ ਬਿਲਕੁਲ ਜੀ ਆਪਾਂ ਪਹਿਲਾਂ ਵੀ ਇਹੀ ਗੱਲ ਕਹੀ ਵੀ ਇਹਦੇ ਵਿੱਚ ਬਹੁਤ ਸਾਰੇ ਐਸੇ ਜਿਹੜੇ ਫਰੀਡਮ ਫਾਈਟਰਸ ਨੇ ਉਹਨਾਂ ਦਾ ਜਿਹੜਾ ਹੱਥ ਹੈਗਾ ਜੀ ਸਾਨੂੰ ਅੱਜ ਆਜ਼ਾਦੀ ਦੀਵਾਨ ਦੇ ਵਾਸਤੇ ਰਾਈਟ ਜੀ ਬਿਲਕੁਲ ਜੀ ਬਹੁਤ ਵਧੀਆ ਗੱਲ ਚੰਗਾ ਜੀ ਫਿਰ ਮੈਂ ਬਹੁਤਾ ਟਾਈਮ ਨਹੀਂ ਲੈਂਦੀ ਸ਼ੁਕਰੀਆ ਜੀ ਸ਼ੁਕਰੀਆ ਕਾਲ ਕਰਨ ਵਾਸਤੇ ਅਗਲੇ ਕਾਲਰ ਪੁੱਛਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹਨਾਂ ਦੀ ਮਿਹਰ ਕਰਕੇ ਅਸੀਂ ਇਸ ਧਰਤੀ ਤੇ ਘੁੰਮਦੇ ਆ ਸਾਰੇ ਬਿਲਕੁਲ 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 ਹੈਨਾ ਬਹੁਤ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੈ ਨਾ ਬਹੁਤ ਖੁਸ਼ੀ ਆ ਜਦੋਂ ਕਿੰਨੀਆਂ ਕੁਰਬਾਨੀਆਂ ਸਾਡੇ ਵਾਸਤੇ ਉਹਨਾਂ ਨੇ ਕੀਤੀਆਂ ਅਸੀਂ ਤਾਂ ਕੁਛ ਵੀ ਨੀ ਕਰ ਸਕਦੇ ਬਿਲਕੁਲ ਆਪਣੇ ਬੱਚੇ ਦੇ ਕੰਡਾ ਲੱਗ ਜਾਏ ਉਹੀ ਨੀ ਚੱਲ ਹੁੰਦਾ ਉਹ ਵੀ ਨਹੀਂ ਹੁੰਦਾ ਉਹਨਾਂ ਦੀ ਮਿਹਨਤ ਦਾ ਇਹ ਨਤੀਜਾ ਜੀ ਉਹਨਾਂ ਦੇ ਜਿਹੜੇ ਸੰਘਰਸ਼ ਨੇ ਉਹਨਾਂ ਦੇ ਨਤੀਜਾ ਵੀ ਅੱਜ ਆਪਾਂ ਆਜ਼ਾਦ ਘੁੰਮ ਰਹੇ ਆ ਸੱਚੀ ਗੱਲ ਯਾਰ ਲੱਗੋ ਕਿੱਥੇ ਦੇ ਕਿੱਥੇ ਤਾਈਂ ਪਹੁੰਚ ਗਏ ਹੋ ਆ ਉਹਨਾਂ ਦੀ ਉਹਨਾਂ ਨੇ ਮਿਹਰ ਕੀਤੀ ਤਾਂ ਅਸੀਂ ਸਾਰੇ ਇੱਥੇ ਆਏ ਆ ਨਾ ਬਿਲਕੁਲ 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 ਤੇ ਮੇਰੀ ਵੱਲੋਂ ਸਾਰੇ ਸਟਾਫ ਨੂੰ ਸਾਰਿਆਂ ਨੂੰ ਇੰਡੀਆ ਇੱਥੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਹੈ ਮੇਰੇ ਤਾਇਆ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਪੁੱਤ ਥੈਂਕ ਯੂ ਸੋ ਮਚ ਫਾਲਤੂ ਖੜਾ ਕੀਤਾ ਆ ਸ਼ੁਕਰੀਆ ਜੀ ਆਜ਼ਾਦੀ ਦਿਵਸ ਦੀਆਂ ਵਧਾਈਆਂ ਦੇਣ ਦੇ ਵਾਸਤੇ ਅਸੀਂ ਵੀ ਸਾਰਿਆਂ ਨੂੰ ਜੀ ਬਾਹਰ ਬੈਠੇ ਸਾਰੇ ਮੁਲਕ ਦੇ ਜਿਹੜੇ ਦਰਸ਼ਕ ਨੇ ਜਿਹੜੇ ਇੰਡੀਆ 'ਚ ਜਿਹੜੇ ਦਰਸ਼ਕ ਨੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਜੀ ਹੈਪੀ ਇੰਡੀਪੈਂਡੈਂਸ ਡੇ ਸਾਰਿਆਂ ਨੂੰ ਆਪਣੇ ਵੱਲੋਂ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦੇਣੀਆਂ ਜੀ ਗਲੋਬਲ ਪੰਜਾਬ ਵੱਲੋਂ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਨੇ ਜੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਅੱਜ ਮਨਾਓ ਤੁਸੀਂ ਆਜ਼ਾਦੀ ਦਿਵਸ ਅਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਜੀ ਨਵਾਂ ਟੌਪਿਕ ਲੈ ਕੇ ਅੱਜ ਮੇਰੇ ਅਤੇ ਤਾਇਆ ਜੀ ਵੱਲੋਂ ਸਤਿ ਸ਼੍ਰੀ ਅਕਾਲ ਜੀ